ਗੱਲ ਦਿਨਾਨਗਰ ਦੀ ਕਰਾਂਗੇ ਜਿੱਥੇ ਇੱਕ ਪਤੀ ਦੀ ਦੁਰਿੰਦਗੀ ਸਾਹਮਣੇ ਆਈ ਹੈ ਪਤੀ ਨੇ ਆਪਣੀ ਪਤਨੀ ਨੂੰ ਇਸ ਕਦਰ ਕੁੱਟਿਆ ਕਿ ਉਹ ਬੁਰੀ ਤਰ੍ਹਾਂ ਨਾਲ ਬੇਹੋਸ਼ ਹੋ ਗਈ ਤੇ ਇੰਨਾ ਜ਼ਿਆਦਾ ਉਸ ਨੂੰ ਕੁੱਟਿਆ ਕਿ ਉਹ ਬੇਸੁੱਧ ਹੋ ਗਈ ਤੇ ਉਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਕਿੱਥੇ ਬੈਠੀ ਹੈ ਤੇ ਅਸੀਂ ਤੁਹਾਨੂੰ ਉਸ ਦੀ ਵੀਡੀਓ ਵੀ ਦਿਖਾਉਣ ਜਾ ਰਹੇ ਹਾਂ ਵੀਡੀਓ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਡੀ ਵੀ ਰੂਹ ਕੰਬ ਉੱਠੂਗੀ ਕਿ ਕਿਹ ਕਿਸਤਾਰਾ ਇਸ ਪਤੀ ਨੇ ਆਪਣੀ ਪਤਨੀ ਨੂੰ ਕੁੱਟਿਆ ਐਨਾ ਜ਼ਿਆਦਾ ਪਤਨੀ ਨੂੰ ਕੁੱਟਿਆ ਗਿਆ ਉਸ ਦੀ ਹਾਲਾਤ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਮਾਮਲੇ ਦੀ ਗੱਲ ਕਰੀਏ ਤਾਂ ਦੀਨਾਨਗਰ ਦੇ ਪਿੰਡ ਕਰੋਟਾ ਕਲਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਆ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਉਂਕਿ ਜੋ ਦਰਿੰਦਗੀ ਇਸ ਪਤੀ ਵੱਲੋਂ ਦਿਖਾਈ ਗਈ ਹੈ ਉਸ ਨੂੰ ਸ਼ਰਮਨਾਕ ਕਾਰਾ ਕਿਹਾ ਜਾ ਸਕਦਾ ਹੈ ਆ ਵੀਡੀਓ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਗੁੱਜਰ ਜਿਸ ਦਾ ਨਾਮ ਸ਼ਰੀਫ ali ਹੈ ਉਹ ਆਪਣੀ ਅਧਮਰੀ ਪਤਨੀ ਨੂੰ ਜ਼ਮੀਨ ਤੋਂ ਕੱਸੀਟਦਾ ਹੋਇਆ ਲਾਜਾ ਰਿਹਾ ਜਿਸ ਨੇ ਇਹ ਵੀਡੀਓ ਬਣਾਈ ਹੈ ਉਸ ਨਾਲ ਸੰਪਰਕ ਕਰਨ ਤੇ ਪਤਾ ਚੱਲਿਆ ਕਿ ਇਹ ਪਿੰਡ ਕਰੋਟਾ ਕਲਾ ਦੀ ਵੀਡੀਓ ਹੈ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਸਦੇ ਪੈਲੀ ਵਿੱਚ ਗੁੱਜਰ ਸ਼ਰੀਫ ਅਲੀ ਰਹਿ ਰਿਹਾ ਹੈ ਸ਼ਰੀਫ ਅਲੀ ਨੇ ਆਪਣੀ ਪਤਨੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਕਿ ਵੀਡੀਓ ਦੇ ਵਿੱਚ ਉਹ ਆਪਣੀ ਪਤਨੀ ਨੂੰ ਬੁਰੇ ਤਰੀਕੇ ਨਾਲ ਘਸੀਟ ਕੇ ਲੈ ਕੇ ਜਾ ਰਿਹਾ ਹੈ ਉੱਥੇ ਮੌਜੂਦ ਲੋਕਾਂ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਲਟਾ ਸ਼ਰੀਫ ਅਲੀ ਨੇ ਰੁਕਣ ਦੀ ਬਜਾਏ ਉਹਨਾਂ ਲੋਕਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਮੇਰੀ ਪਤਨੀ ਹੈ ਇਸ ਦੇ ਨਾਲ ਮੈਂ ਜੋ ਮਰਜ਼ੀ ਕਰਾਂ ਪਰ ਇੱਕ ਸ਼ਰਮਨਾਕ ਘਰਾ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਅਗਰ ਪਰਿਵਾਰ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਤਾਂ ਉਸ ਨੂੰ ਬੈਠ ਕੇ ਨਿਪਟਾਇਆ ਜਾ ਸਕਦਾ ਹੈ ਪਰ ਇਸ ਤਰ੍ਹਾਂ ਆਪਣੀ ਪਤਨੀ ਨੂੰ ਕੁੱਟਣਾ ਇੱਕ ਗਲਤ ਗੱਲ ਹੈ ਕਿਉਂਕਿ ਪਰਿਵਾਰਾਂ ਦੇ ਵਿੱਚ ਅਕਸਰ ਹੀ ਵਾਦ-ਵਿਵਾਦ ਚੱਲਦਾ ਰਹਿੰਦਾ ਹੈ ਚਾਹੇ ਆ ਪਤੀ-ਪਤਨੀ ਦਾ ਹੋਵੇ ਜਾਂ ਫਿਰ ਸੱਸ ਦਾ ਹੋਵੇ ਤਾਂ ਉਸ ਨੂੰ ਬੈਠ ਕੇ ਸੁਲਝਾ ਲੈਣਾ ਚਾਹੀਦਾ ਪਰ ਇੱਥੇ ਉਲਟਾ ਪਤਨੀ ਨੂੰ ਐਨੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਉਸ ਦੀ ਹਾਲਾਤ ਜੋ ਹੈ ਉਹ ਤੁਸੀਂ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਇਹ ਪਤੀ ਕੋਲ ਖੜਾ ਆ ਤੇ ਨਾਲ ਇਸ ਦੀ ਮਾਂ ਵੀ ਖੜੀ ਹੈ ਜੋ ਬੁਰੇ ਤਰੀਕੇ ਨਾਲ ਉਸ ਨੂੰ ਕੁੱਟ ਰਹੇ ਨੇ ਤੇ ਦੱਸ ਦਈਏ ਕਿ ਇਸ ਨੂੰ ਇੰਨਾ ਕੁੱਟਿਆ ਗਿਆ ਕਿ ਬਾਅਦ ਵਿੱਚ ਆਸ-ਪਾਸ ਦੇ ਲੋਕਾਂ ਨੇ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਪਰ ਅਜੇ ਦੀ ਕੀ ਸਿਚੁਏਸ਼ਨ ਬਣੀ ਹੋਈ ਹੈ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦੇਣਾ ਚਾਹੁੰਦੇ ਹਾਂ ਕਿ ਦੀਨਾਨਗਰ ਦੇ ਪਿੰਡ ਕਰੋਟਾ ਕਲਾ ਦੀ ਵੀਡੀਓ ਹੈ ਇਹ ਇਹ ਵੀਡੀਓ ਕਾਫੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੋ ਰਹੀ ਹੈ ਤੇ ਦੱਸਦੀ ਹੈ ਕਿ ਸ਼ਰੀਫ ali ਨਾਮ ਦਾ ਇਹ ਗੁੱਜਰ ਹੈ ਜੋ ਕਿਸੇ ਦੀ ਜ਼ਮੀਨ ਦੇ ਉੱਤੇ ਆ ਕੇ ਬੈਠਾ ਸੀ ਆ ਪਤਨੀ ਨੂੰ ਕਿਸੇ ਮੈਟਰ ਨੂੰ ਲੈ ਕੇ ਬਾਦ ਵਿਵਾਦ ਹੋ ਗਿਆ ਗੱਲਬਾਤ ਇੰਨੀ ਵੱਧ ਗਈ ਕਿ ਇਸ ਨੇ ਆਪਣੀ ਪਤਨੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਇਸ ਹੱਦ ਤੱਕ ਕੁੱਟਿਆ ਕਿ ਪਤਨੀ ਅਧਮਰੀ ਹੋ ਗਈ ਉਸ ਨੂੰ ਅਸੁੱਧ ਬੁੱਧ ਹੀ ਨਹੀਂ ਰਹੀ ਕਿ ਉਹ ਕਿੱਥੇ ਬੈਠੀ ਆ ਉਸ ਕੋ ਬੈਠਿਆ ਵੀ ਨਹੀਂ ਜਾ ਰਿਹਾ ਸੀ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਬੇਰਹਿਮੀ ਨਾਲ ਇਸ ਔਰਤ ਨੂੰ ਕੁੱਟਿਆ ਗਿਆ ਐਨਾ ਜ਼ਿਆਦਾ ਇਸ ਔਰਤ ਨੂੰ ਕੁੱਟਿਆ ਗਿਆ ਕਿ ਉਹ ਬੈਠ ਵੀ ਨਹੀਂ 파ਰੀ ਈਵਨ ਕਿ ਇਸ ਨੂੰ ਕੋਈ ਸੁਧ ਬੁੱਧ ਵੀ ਨਹੀਂ ਹੈ ਸ਼ਰਮਨਾਕ ਕਾਰਾ ਇਸ ਗੁੱਜਰ ਵੱਲੋਂ ਕੀਤਾ ਗਿਆ ਜਦ ਰਕੇਸ਼ ਨੇ ਇਸ ਦੀ ਆ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਨਹੀਂ ਰੁਕਿਆ ਤੇ ਰਕੇਸ਼ ਨੇ ਇਸ ਨੂੰ ਕਿਹਾ ਕਿ ਤੂੰ ਮੇਰੀ ਜ਼ਮੀਨ ਤੇ ਬੈਠਾ ਹੈ ਤਾਂ ਤੁਰੰਤ ਇੱਥੋਂ ਚਲੇ ਜਾ ਅਗਰ ਤੂੰ ਇਸsrand ਦਾ ਕਾਰਾ ਕਰਨਾ ਤਾਂ ਉਲਟਾ ਇਸਨੇ ਰਕੇਸ਼ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸਨੇ ਇਹ ਵੀ ਕਿਹਾ ਕਿ ਮੈਂ ਆਪਣੀ ਪਤਨੀ ਨਾਲ ਜੋ ਮਰਜ਼ੀ ਕਰਾਂ ਤੁਹਾਨੂੰ ਕੋਈ ਹੱਕ ਨਹੀਂ ਸਾਡੇ ਮੈਟਰ ਦੇ ਵਿੱਚ ਬੋਲਣ ਦੀ ਤੇ ਨਾਲ ਹੀ ਦੱਸਦੀ ਹੈ ਕਿ ਜਦੋਂ ਇਹ ਹਾਲਾਤ ਆਸ-ਪਾਸ ਦੇ ਲੋਕਾਂ ਨੇ ਦੇਖੇ ਤਾਂ ਇੱਕ ਔਰਤ ਅੱਗੇ ਆਈ ਇਸ ਨੂੰ ਬਚਾਉਣ ਦੇ ਲਈ ਤੇ ਹਾਲਚਲ ਪੁੱਛਣ ਲਈ ਅੱਗੇ ਆਂਦੀ ਹੈ ਤਾਂ ਉਲਟਾ ਇਸ ਦੇ ਪਤੀ ਵੱਲੋਂ ਉਸ ਨਾਲ ਵੀ ਮਾਰਕੁੱਟ ਕੀਤੀ ਗਈ ਉਸ ਔਰਤ ਦੇ ਨਾਲ ਵੀ ਮਾਰਕਟਾਈ ਕੀਤੀ ਗਈ ਹੈ ਉਹ ਵੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਕਿ ਪਹਿਲਾਂ ਇਸਨੇ ਆਪਣੀ ਪਤਨੀ ਨੂੰ ਕੁੱਟਿਆ ਜਦੋਂ ਆਸ-ਪਾਸ ਦੇ ਲੋਕਾਂ ਨੇ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਔਰਤ ਸਾਹਮਣੇ ਆਂਦੀ ਉਸ ਨੂੰ ਬਚਾਉਣ ਦੇ ਲਈ ਤਾਂ ਉਸ ਨੂੰ ਵੀ ਉਲਟਾ ਕੁੱਟਣਾ ਇਸ ਅਕਤੀ ਨੇ ਸ਼ੁਰੂ ਕਰ ਦਿੱਤਾ ਹੈ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਰਹੇ ਹੋ ਕਿ ਬਲੂ ਕਲਰ ਦਾ ਸੂਟ ਉਸ ਔਰਤ ਨੇ ਪਾਇਆ ਹੋਇਆ ਉਹ ਔਰਤ ਦੇ ਕਾਲ ਆਂਦੀ ਹੈ ਤੇ ਉਸ ਨੂੰ ਪੁੱਛਦੀ ਹੈ ਹਾਲਚਾਲ ਉਸ ਦਾ ਪੁੱਛਦੀ ਹੈ ਤੇ ਉਲਟਾ ਪਤੀ ਉਸ ਨੂੰ ਵੀ ਕਸੀੜ ਕਸੀੜ ਕੇ ਕੋਟ ਰਿਹਾ ਹੈ ਵੀਡੀਓ ਦੇ ਵਿੱਚ ਸਾਫ਼ ਤੁਸੀਂ ਦੇਖ ਸਕਦੇ ਹੋ ਔਰਤ ਦੀ ਹਾਲਤ ਦੇਖ ਕੇ ਆਸ-ਪਾਸ ਦੇ ਲੋਕਾਂ ਦਾ ਦਿਲ ਪਸੀਜ ਗਿਆ ਪਰ ਗੁੱਜਰ ਅਤੇ ਉਸ ਦੀ ਮਾਂ ਦਾ ਦਿਲ ਨਹੀਂ ਪਸੀਜਿਆ ਜਦ ਇੱਕ ਗਵਾਂਡ ਗਵਾਂਡ ਨੇ ਇਸ ਦਾ ਵਿਰੋਧ ਕੀਤਾ ਤੇ ਉਸ ਨੂੰ ਵੀ ਫਿਰ ਮਾਰ ਕੁੱਟਾਈ ਉਸ ਦੇ ਨਾਲ ਵੀ ਕੀਤੀ ਗਈ ਵੀਡੀਓ ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਵਿਅਕਤੀ ਨੇ ਦਰਿੰਦਗੀ ਆਪਣੀ ਪਤਨੀ ਦੇ ਨਾਲ ਦਿਖਾਈ ਹੈ ਇਸ ਕਹਿ ਸਕਦੇ ਹਾਂ ਕਿ ਅਗਰ ਕੋਈ ਜਾਨਵਰ ਹੈ ਉਸ ਨੂੰ ਵੀ ਇਸ ਤਰੀਕੇ ਦੇ ਨਾਲ ਕੋਈ ਨਹੀਂ ਕੁੱਟਦਾ ਜਿਸ ਤਰੀਕੇ ਦੇ ਨਾਲ ਇਸ ਵਿਅਕਤੀ ਨੇ ਆਪਣੀ ਪਤਨੀ ਨੂੰ ਕੁੱਟਿਆ ਇੱਕ ਸ਼ਰਮਨਾਕ ਕਾਰਾ ਇਸ ਨੂੰ ਕਿਹਾ ਜਾ ਸਕਦਾ ਹੈ ਪਤੀ ਵੱਲੋਂ ਕਿਉਂਕਿ ਅਗਰ ਘਰ ਦੇ ਵਿੱਚ ਕੋਈ ਲੜਾਈ ਹੁੰਦੀ ਹੈ ਨਾਰਮਲੀ ਇਹ ਗੱਲ ਹੈ ਕਿ ਘਰਾਂ ਦੇ ਵਿੱਚ ਅਕਸਰੀ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਚਾਹੇ ਪਤੀ ਪਤਨੀ ਦਾ ਕਹਿ ਲਓ ਜਾਂ ਫਿਰ ਸੱਸ ਦਾ ਕਹਿ ਲਓ ਜਾਂ ਘਰ ਦੇ ਕਿਸੇ ਮੈਂਬਰ ਦੇ ਨਾਲ ਵੀ ਤੁਹਾਡੀ ਲੜਾਈ ਝਗੜਾ ਹੁੰਦੀ ਹੈ ਤਾਂ ਤੁਸੀਂ ਉਸ ਗੱਲ ਨੂੰ ਬੈਠ ਕੇ ਸੁਲਝਾ ਸਕਦੇ ਹੋ ਪਰ ਇਸ ਤਰ੍ਹਾਂ ਕਿਸੇ ਨੂੰ ਕੁੱਟਣਾ ਇਹ ਗਲਤ ਗੱਲ ਹੈ ਤੇ ਹੁਣ ਅਸੀਂ ਵੀ ਚਾਹੁੰਦੇ ਹਾਂ ਕਿ ਇਸ ਵਿਅਕਤੀ ਵੱਲੋਂ ਜੋ ਕਾਰਾ ਕੀਤਾ ਗਿਆ ਉਸ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਹੈ ਕਿਉਂਕਿ ਰੂ ਕੰਬਾਉ ਇਹ ਵੀਡੀਓ ਹੈ ਤੁਹਾਨੂੰ ਅਸੀਂ ਥੋੜਾ ਜਿਹਾ ਬਲਰ ਕਰਕੇ ਜ਼ਰੂਰ ਦਿਖਾ ਰਹੇ ਹਾਂ ਕਿਉਂਕਿ ਅਸੀਂ ਦਿਖਾ ਨਹੀਂ ਸਕਦੇ ਤੁਹਾਨੂੰ ਉਹ ਚੀਜ਼ਾਂ ਜੋ ਇਸ ਵਿਅਕਤੀ ਵੱਲੋਂ ਆਪਣੀ ਪਤਨੀ ਦੇ ਨਾਲ ਕਾਰਾ ਕੀਤਾ ਗਿਆ ਇਸ ਕਦਰ ਉਸ ਨੂੰ ਕੁੱਟਿਆ ਗਿਆ ਤੇ ਕੁੱਟਣ ਤੋਂ ਬਾਅਦ ਉਸ ਨੂੰ ਕਸੀਟਿਆ ਵੀ ਗਿਆ ਲੋਕਾਂ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਨੇ ਉਲਟਾ ਲੋਕਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੇ ਇਹ ਵੀ ਕਿਹਾ ਕਿ ਅਗਰ ਤੂੰ ਆਪਣੀ ਪਤਨੀ ਨੂੰ ਤਣਾ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਜਾ ਕੇ ਇਸ ਮੈਟਰ ਨੂੰ ਸੁਲਝਾਓ ਕਿਉਂ ਸ਼ਰਿਆਮ ਤੁਸੀਂ ਇਸ ਦਾ ਹੰਗਾਮਾ ਕਰ ਰਹੇ ਹੋ ਕਿਉਂ ਕੁੱਟ ਰਹੇ ਹੋ ਤਾਂ ਉਲਟਾ ਇਸ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਤੇ ਕਿਹਾ ਕਿ ਮੇਰੀ ਮਰਜ਼ੀ ਹੈ ਮੈਂ ਆਪਣੀ ਘਰਵਾਲੀ ਨੂੰ ਕੁੱਟਾਂ ਚਾਹੇ ਜੋ ਮਰਜ਼ੀ ਕਰਾਂ ਇਹ ਇੱਥੇ ਵੀ ਨਹੀਂ ਰੁਕਿਆ ਲੋਕ ਜਦੋਂ ਬਚਾਣ ਆਏ ਤਾਂ ਉਹਨਾਂ ਨੂੰ ਵੀ ਇਹਨਾਂ ਨੇ ਕੁੱਟਿਆ ਬਹੁਤ ਹੀ ਘਟਿਆ ਹਰਕਤ ਕੀਤੀ ਗਈ ਹੈ ਇਸ ਵਿਅਕਤੀ ਵੱਲੋਂ ਤੇ ਦੱਸਿਏ ਕਿ ਜੋ ਰਕੇਸ਼ ਜਿਸ ਦੀ ਪੈਲੀ ਦੇ ਵਿੱਚ ਇਹ ਗੁੱਜਰ ਰਹਿ ਰਿਹਾ ਹੈ ਤੋ ਉਸਨੇ ਇਸ ਨੂੰ ਆਪਣੇ ਖੇਤਾ ਵਿੱਚੋਂ ਜਾਣ ਲਈ ਵੀ ਕਿਹਾ ਆ ਤੇ ਨਾਲ ਹੀ ਨਰੇਸ਼ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅੱਧਮਰੀ ਹਾਲਤ ਦੇ ਵਿੱਚ ਔਰਤ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਹੁਣ ਹਸਪਤਾਲ ਵੱਲੋਂ ਵੀ ਮਤਲਬ ਉਹਨਾਂ ਨੂੰ ਕਿਹਾ ਕਿ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਔਰਤ ਦੀ ਹਾਲਤ ਕੀ ਹੈ ਕਿਸ ਹਾਲਾਤ ਦੇ ਵਿੱਚ ਔਰਤ ਉੱਥੇ ਹੈ ਉਹਦਾ ਟ੍ਰੀਟਮੈਂਟ ਬਕਾਇਦਾ ਚੱਲ ਰਿਹਾ ਹੈ ਇਹ ਪਤੀ ਦੀ ਦਰਿੰਦਗੀ ਦਾ ਇਹ ਵੀਡੀਓ ਜਿਹੜਾ ਬਹੁਤ ਜ਼ਿਆਦਾ ਵਾਇਰਲ ਹੋ ਗਿਆ ਤੇ ਹਣ ਅਸੀਂ ਵੀ ਚਾਹੁੰਦੇ ਆ ਕਿ ਇਸ ਔਰਤ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਤੀ ਨੂੰ ਇਸ ਦੀ ਜੋ ਹਰਕਤ ਇਸ ਨੇ ਕੀਤੀ ਹੈ ਉਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਕਿਸੇ ਨਾਲ ਵੀ ਅਜਿਹਾ ਵਰਤਾਰਾ ਨਹੀਂ ਕੀਤਾ ਜਾਣਾ ਚਾਹੀਦਾ ਲੋਕਾਂ ਦੇ ਵਿੱਚ ਪਾਲਤੂ ਜਾਨਵਰ ਰੱਖਦੇ ਨੇ ਉਹਨਾਂ ਦੇ ਨਾਲ ਵੀ ਅਜਿਹਾ ਵਰਤਾਰਾ ਨਹੀਂ ਕੀਤਾ ਜਾਂਦਾ ਜਿਹੋ ਜਿਹਾ ਵਰਤਾਰਾ ਇਸ ਵਿਅਕਤੀ ਨੇ ਆਪਣੀ ਪਤਨੀ ਦੇ ਨਾਲ ਕੀਤਾ ਤੁਸੀਂ ਵੀਡੀਓ ਦੇ ਵਿੱਚ ਸ਼ਰਯਾਮ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਹਰਕਤ ਇਸ ਵੱਲੋਂ ਕੀਤੀ ਗਈ ਹੈ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਸਰਕਾਰ ਨੂੰ ਇਸ ਵੀਡੀਓ ਤੇ ਐਕਸ਼ਨ ਲੈਣਾ ਚਾਹੀਦਾ ਹੈ ਗਲਤੀ ਚਾਹੇ ਜਿਸ ਦੀ ਵੀ ਹੋਵੇ ਪਰ ਹੱਥ ਝੁਕਣਾ ਮਾਰਕੁਟਾਈ ਕਰਨੀ ਆਪਣੇ ਆਪ ਦੇ ਵਿੱਚ ਹੀ ਇਹ ਗਲਤ ਗੱਲ ਹੈ ਅਕਸਰ ਸਿਖਾਇਆ ਜਾਂਦਾ ਸਾਨੂੰ ਕਿ ਅਗਰ ਤੁਹਾਡੀ ਬਾਹਰ ਵੀ ਕਿਸੇ ਦੇ ਨਾਲ ਲੜਾਈ ਹੋ ਜਾਂਦੀ ਹੈ ਤਾਂ ਤੁਸੀਂ ਬੈਠ ਕੇ ਪਿਆਰ ਦੇ ਨਾਲ ਉਸ ਨੂੰ ਸੁਲਝਾ ਸਕਦੇ ਦੇਓ ਕਿਉਂਕਿ ਕੁਝ ਰਿਸ਼ਤੇ ਹੁੰਦੇ ਨੇ ਜੋ ਨਾਜ਼ੁਕ ਹੁੰਦੇ ਨੇ ਥੋੜੀ ਜਿਹੀ ਲੜਾਈ ਲੜਾਈ ਦੇ ਨਾਲ ਉਹ ਟੁੱਟ ਸਕਦੇ ਨੇ ਤੇ ਪਤੀ ਪਤਨੀ ਦੇ ਰਿਸ਼ਤੇ ਦੀ ਜੇ ਗੱਲ ਕਰੀਏ ਤਾਂ ਇਹ ਵੀ ਕਾਫੀ ਜ਼ਿਆਦਾ ਨਾਜ਼ੁਕ ਰਿਸ਼ਤਾ ਮੰਨਿਆ ਜਾਂਦਾ ਹੈ ਤੇ ਸਹੇਜ ਕੇ ਰੱਖਣਾ ਹੀ ਰਿਸ਼ਤਿਆਂ ਦੀ ਕਦਰ ਕੀਤੀ ਜਾ ਸਕਦੀ ਹੈ ਪਰ ਦੇਖ ਲਓ ਕਿ ਕਿਸ ਤਰ੍ਹਾਂ ਇਸ ਨੂੰ ਕੁੱਟਿਆ ਜਾ ਰਿਹਾ ਹੈ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਜਾ ਰਿਹਾ ਤੇ ਵੀਡੀਓ ਮੈਂ ਵੀਡੀਓ ਬਣਾਣੀ ਮੇਰੇ ਲਾਗੇ ਮਰੀ ਤਾਂ ਮੈਂ ਦੱਸਣਾ ਤੁਹਾਨੂੰ ਕੁੜੀਆ ਤੂੰ ਹੀ ਨ ਜਾ ਕੇ ਕਰੇਗਾ ਤੋ ਰਿਕਾਰਡ ਵੀ ਦਿਓ ਹਾਂ ਹਾਂ ਦੇਖੀ ਦੇਖੀ ਕਿਥੇ ਝੜਦੀ ਆ ਤੂੰ ਹੀ ਕੁੜੀ ਨੂੰ ਮਾਰ ਦਿੱਤਾ ਗਾਲ ਘੱਡੀ ਨਾ ਮੈਂ ਮਾਰ ਮਾਰ ਮੂੰਹ ਤੋੜ ਦੇਣਾ ਮੇਰੀ ਗੱਲ ਸੁਝੀ ਤੂੰ ਪਰੇ ਇੱਥੇ ਰੁਗੀ ਆ ਤੂੰ ਮੰਗ ਲਈ ਆਹੋ ਚੱਲ ਠੀਕ ਐ ਚੱਲ ਤੂੰ ਆਪਣੇ ਚੱਲ ਉਧਰ ਉਧਰ ਕਿਉਂ ਜਾਵਾਂ ਚੱਲ ਤੂੰ ਮੈਂ ਉਧਰ ਆਉਂਦਾ ਤੂੰ ਉਹ ਬਿਨੂ ਆਸਣਾ ਲਈ ਮੈਂ ਪਾ ਕੇ ਰੱਖਣਾ ਤਬਾ ਸਾਲਾ ਤੂੰ ਬਿਨੂ ਆਸ ਲਾ ਤੂੰ ਪਿੱਛੇ ਆ ਤੈਨੂੰ ਕਿੱਥੇ ਆ ਆਪਣੇ ਇੱਥੇ ਆਪਣੀ ਜਗ੍ਹਾ ਤੇ ਆ ਆਪਣੀ ਜਗ੍ਹਾ ਇੱਥੇ ਰਹਿ ਲੈ ਅੰਦਰ ਰਹਿ ਜਾਂ ਫਿਰ ਚੁੱਕੇ ਤੂੰ ਹੀ ਮਾਰਦਾ ਕੁੜੀ ਨੂੰ ਹੈ ਤੇਰੀ ਰਾਨਾ ਉਹ ਕੁੜੀ ਨੂੰ ਮਾਰਦਾ ਨਿਆਣੀ ਕੁੜੀ ਇੰਨਾ ਕੁੱਟੇ ਕਰਦੇ ਓ ਤੁਸੀਂ ਤੂੰ ਸਮਝੇ ਰਖੀਏ ਤੂੰ ਮੈਂ ਫੋਜੀ ਇੰਨਾ ਕੁੱਟੇ ਕਰਦੇ ਕੋਈ ਯਾਰ ਹੱਥ ਹੁੰਦੀ ਆ ਕੋਈ ਯਾਰ ਜਨਾਨੀ ਹੈ ਮੇਰੀ ਮੈਂ ਕੋ ਸਾਹਣਾ ਕਰ ਉਹ ਤੇ ਯਾਰ ਮਾਰਨਗੇ ਜਨਾਨੀ ਦੀ ਇਹ ਕਿਹਦੀ ਮੈਨੂੰ ਗੂ ਖਾ ਕੇ ਕੁਛ ਕਰ ਤੈਨੂੰ ਵੀ ਕੋਈ ਤਰੀਕਾ ਹਾਂ ਦਾ ਗੱਲ ਤੂੰ ਮਾਰ ਦਿੱਤਾ ਹਾਂ ਹਾਂ ਖਿੱਚਣਾ ਫੋਟੋ ਦੇਖ ਆਹ ਹਰ ਇੱਕ ਦੰਦੀ ਹੁੰਦੀ ਮੈਂ ਦੋ ਦੰਦ ਲਿਆ ਯਾਰ ਤਰੀਕੇ ਨਾਲ ਜੀ ਪਾਣੀ ਤਾਂ ਪੀ ਲੈ ਮਰਦੀ ਇਹ ਕਾਹਦੀ ਕੰਜਰੀ ਜਮਾਨੀ ਹੋ ਤੁਸੀਂ ਮਰਦੀ ਜਾਂ ਮਰਦੀ ਜਾਂ ਤੂੰ ਫੇਰ ਉਹਨੂੰ ਦੇਖਣਾ ਹੈ ਦੇਖਣਾ ਨਹੀਂ ਆਉਣਾ ਇਹ ਤਮਾਸ਼ਾ ਆਹੋ ਮੇਰਾ ਫੌਜੀ ਦਾ ਆਹੋ ਠੀਕ ਆ ਮੇਰੇ ਨਾਲ ਲੜਾਵੇ ਤਾਂ ਸਾਰਾ ਨਹੀਂ ਆਹ ਸਾਰਾ ਘਸਾਰਾ ਇਹ ਥੋੜੀ ਭੀੜ ਹੋ ਤੂੰ ਘਰ ਕੀ ਚਾੜ ਬਣਾ ਆ ਤੂੰ ਐਸੇ ਚੜ ਜਾ ਕਿ ਤੂੰ ਨਾ ਚਿੰਤਾ ਕਰ ਤਰੀਕੇ ਨਾਲ ਹੁੰਦੀ ਕੋਈ ਵੀ ਗੱਲ ਯਾਰ ਤੈਨੂੰ ਮੈਂ ਕੱਟੇ ਬਟਣ ਚ ਲਈਏ 5 ਵਜੇ ਆਹੋ ਇੱਥੋਂ ਗਿਆ ਦੋ ਢੇਰੀਆਂ ਵੱਡੀਆਂ ਉੱਥੋਂ ਦੇ ਜਾ ਗਿਆ ਭੱਜਣ ਲੱਗਿਆ ਕਿੱਧਰ ਚਲੇ ਪੁੱਸ ਤੇ ਯਾਰ ਮਾਰ ਕੇ ਕੰਨੂ ਲਿਆਣਾ ਤੈਨੂੰ ਪਿਆਰ ਨਾਲ ਲਿਆਇਆ ਮੈਂ ਤਾਂ ਕਹਾਂ ਯਾਰ ਫੋਜੀ ਮੈਂ ਮੈਂ ਕੱਲਾ ਇੱਥੇ ਮਰਦਾ ਰਾਂਗਾ ਮਾਰ ਭਾਈ ਮਾਰ ਦੇ ਮਾਰ ਦੇ ਮਾਰ ਦੇ ਚੱਲ ਮਾਰ ਦੇ ਵੀਡੀਓ ਕਿ ਬਣਾ ਰਿਹਾ ਉਹ ਰਾਂ ਦੇ ਮਾਰ ਦੇ ਕੋਈ ਗੱਲ ਵੀਡੀਓ ਬਣਦੀ ਮੇਰੇ ਗਵਾਂੜਾ ਕਹਨ ਨੂੰ ਮੈਨੂੰ ਪੁੱਛੇਗਾ ਵੀ ਭਰਾ ਮੈਂ ਤਾਂ ਦੱਸਣਾ ਹੀ ਦੱਸਣਾ ਆ ਮਾਰ ਦੇ ਮਾਰ ਦੇ ਮਾਰ ਦੇ ਤੂੰ ਮਾਰ ਦੇ ਆ ਮਾਰ ਦੇ ਤੂੰ ਫालतू ਬਕਵਾਸ ਕੀਤੀ ਨਾ ਫੇਰ ਦੇਖੀ ਮੈਂ ਫालतू ਬਕਵਾਸ ਕੀਤੀ ਨਾ ਮੇਰੇ ਬਾਰੇ ਫੇਰ ਦੇਖੀ ਮੈਂ ਪਾੜ ਕੇ ਰੱਖ ਦੇਣਾ ਆ ਤੂੰ ਆਪਣਾ ਕੰਮ ਕਰੋ ਤੂੰ ਆਹੀ ਆਪਣੇ ਕੰਮ ਕਰ ਨੇ ਬੱਸ ਠੀਕ ਆ ਕਰੋ ਕਰੋ ਤੂੰ ਕਰੋ ਕਿੱਥੇ ਗਿਆ ਹਾਂ ਕਿਉਂ ਇੱਥੇ ਆਇਆ ਹਾਂ ਮੈਂ ਆਪਣੀ ਪੈਲੀ ਜਾ ਪੈਲੀ ਚ ਆਪਣਾ ਉਹਦੇ ਕੰਮ ਕੋਈ ਆ ਤਾਂ ਮੇਰੀ ਆਪਣੀ ਪੈਲੀ ਜਾ ਅੰਦਰ ਕੀ ਦੇਖੇ ਤੇ ਲੈ ਜਾ ਅੰਦਰ ਚੋਕੇ ਲੈ ਜਾ ਤੂੰ ਤੂੰ ਅੰਦਰ ਲੈ ਜਾ ਚੋਕੇ ਭਰਾ ਅੰਦਰ ਕਿਹ ਵਾਲੇ ਆ ਅੰਦਰ ਲੈ ਜਾ ਚੋਕੇ ਤੇ ਬੱਸ ਫੇਰ ਬੈਠਾ ਰਿਹਾ ਮੈਂ ਤੇ ਇੱਦਾਂ ਬੈਠੇ ਰਹਾਂ ਹਾਂ ਤੂੰ ਵੀਡੀਓ ਕਿਉਂ ਆ